पति ने अपनी पत्नी पर चाकू से हमला कर दिया। मनप्रीत कौर ने अपने पति जसप्रीत आरोप लगाया है कि उसके बाद उसे इलाज के लिए पटियाला के सरकारी राजेंद्र अस्पताल में भर्ती करवाया गया। वह प्रशासन और सरकार से मांग कर रही है कि उसके खिलाफ उचित कार्रवाई की जाए। वहीं पुलिस अधिकारी का कहना है कि मनप्रीत कौर के बयानों के आधार पर उसके पति के खिलाफ मामला दर्ज कर लिया गया। मनप्रीत नाम है सर मेरा, मैं 3 साल तो अलग रह रही हूँ, डिवोर्स केस चल रहा मेरा। ਇਹ ਬੰਦਾ ਆ ਕੇ ਮੈਨੂੰ ਧੱਕੇ ਨਾਲ ਮੇਰੇ ਉੱਥੇ ਘਰੇ ਮਕਾਨ ਮਾਲਕ ਚ ਵੜਦਾ ਸੀਗਾ ਤੇ ਮੇਰੇ ਸਲੂਨ ਚ ਆ ਕੇ ਵੜਦਾ ਸੀਗਾ। ਕੌਣ ਹੈ ਬੰਦਾ? ਮੇਰੇ ਹਸਬੈਂਡ ਹੈਗਾ। ਕੀ ਕੰਮ ਕਰਦੇ ਆ? ਡਰਾਈਵਰ ਹੈਗਾ। ਮੈਂ 3 ਸਾਲ ਹੋ ਗਏ ਮੈਂ ਤਾਂ ਲੱਗ ਰਹਿ ਰਹੀ ਹਾਂ ਇੱਥੋਂ। ਤੇ ਕਿਉਂ ਤੰਗ ਕਰ ਰਿਹਾ? ਬਸ ਬੇਵਜ੍ਹਾ ਤੰਗ ਕਰ ਰਿਹਾ, ਇਹਨਾਂ ਦਾ ਘਰੇ ਲੈ ਕੇ ਜਾ ਰਿਹਾ, ਨਾ ਮੈਨੂੰ ਰੱਖ ਰਿਹਾ, ਰੋੜੇ ਰਿਹਾ ਬਸ। ਸਾਰਾ ਤਾਂ ਪੇਟ ਖਰਾਬ ਕਰਤਾ, ਸਾਰਾ ਮੇਰਾ ਗਰਦਨ ਦਾ ਬੁਰਾ ਹਾਲ ਆ। ਕੋਈ ਨਸ਼ਾ ਵਗੈਰਾ ਕਰਦਾ? ਹਾਂਜੀ, ਕਿੱਟਾ ਲਾਉਂਦਾ ਸਰ। ਕੋਈ ਨਸ਼ਾ ਵਗੈਰਾ ਕਰਦਾ ਵਗੈਰਾ ਜੀ? ਹਾਂਜੀ ਸਰ, ਚਿੱਟਾ ਲਾਉਂਦਾ ਵਾ। ਤੇ ਤੁਸੀਂ ਪੁਲਿਸ ਕੰਪਲੇਂਟ ਵਗੈਰਾ ਨਹੀਂ ਕੀਤੀ ਹੈਗੀ? ਸਭ ਕੁਝ ਹੋਇਆ ਹੋਇਆ ਸਰ, DSP ਤੱਕ ਵੀ ਕੰਪਲੇਂਟਾਂ ਗਈਆਂ ਹੋਈਆਂ ਨੇ ਵੀ ਮੇਰੇ ਜ਼ਬਰਦਸਤੀ ਘਰੇ ਵੜਦਾ ਗਾ। DSP ਦਫ਼ਤਰ ਹੋਈ ਹੋਈ ਆ, ASI ਦੇ ਹੋਈ ਹੋਈ ਤੇ ਰਿਪੋਰਟ, ਤਲਾਕ ਦਾ ਮੇਰਾ ਕੇਸ ਲੱਗਿਆ ਹੋਇਆ, 1 ਸਾਲ ਹੋ ਗਿਆ। ਤੇ ਇਹਨਾਂ ਨੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ? ਬਾਕੀ ਸਾਡੇ ਤਾਂ ਕੋਈ ਕਾਰਵਾਈ ਹੋਈ ਨਹੀਂ ਹੈਗੀ, ਫੜਿਆ ਨਹੀਂ ਗਿਆ, ਭੱਜਿਆ ਹੋਇਆ ਉਹ। ਤੁਸੀਂ ਹੁਣ ਕੀ ਚਾਹੁੰਦੇ? ਬਸ ਮੈਂ ਸਰ ਇਹੀ ਚਾਹੁੰਦੀ ਜਿਵੇਂ ਮੈਂ ਪਈਆਂ ਗਈ ਉਵੇਂ ਮੇਰੇ ਬਰਾਬਰ ਬੈੱਡ ਤੇ ਆ ਕੇ ਪੈ ਜਾਏ ਬਸ, ਜਾਂ ਫਿਰ ਪੁਲਿਸ ਕਾਰਵਾਈ ਕਰੇ ਜੋ ਵੀ ਕਰਨਾ ਚਾਹੁੰਦੀ ਆ, ਬਸ ਇਹਨੂੰ ਸਜ਼ਾ ਮਿਲੇ ਜਿਹੜੀ ਮਿਲਣੀ ਚਾਹੀਦੀ ਆ। ਕੋਈ ਬੱਚੇ ਵਗੈਰਾ ਹੈਗੇ? ਗੁੜੀਆ ਮੇਰੀ ਜੀ 7 ਸਾਲ ਦੀ। ਉਹ ਤੁਹਾਡੇ ਨਾਲ ਰਹਿ ਰਹੇ? ਨਹੀਂ, ਇਹਦੇ ਨਾਲ। ਤੇ ਮਾਪਿਓ? ਉਹਦੇ ਮਾਪਿਓ ਤੇ ਤੁਹਾਡੇ ਮਾਪਿਓ ਕੀ ਨਾਲ ਨੇ? ਨਹੀਂ, ਉਹ ਆਪਣਾ ਸਾਰਾ ਅਲੱਗ ਨੇ, ਮੈਂ ਇਕੱਲੀ ਕਿਰਾਏ ਤੇ ਰਹਿ ਰਹੀ ਹਾਂ। ਇਹਦਾ ਬਿਆਨ ਹਾਸਲ ਕੀਤਾ ਹੈਗਾ ਜਿਹਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਹੈ ਵੀ ਆਪਣੇ ਪਤੀ ਜਿਹੜਾ ਹੈਗਾ ਇਹਦਾ ਜਸਪ੍ਰੀਤ ਸਿੰਘ ਬਿਸਕੀ, ਇਹਦੇ ਨਾਲ 3 ਸਾਲ ਤੋਂ ਲੱਗ ਰਹੇ, ਇਹਦਾ ਕੋਰਟ ਕੇਸ ਚੱਲ ਰਿਹਾ ਅਤੇ ਇਹਦਾ ਸਲੂਨ ਹੈ ਇੱਥੇ ਤੋਹੀ ਰੋਡ 40 ਨੰਬਰ ਫਾਟਕ ਨੇੜੇ। ਉੱਥੇ ਕੱਲ੍ਹ ਸੁਬਹਾ 9 ਵਜੇ ਦੁਕਾਨ 'ਤੇ ਆਏ ਸੀ ਅਤੇ ਉਹ ਤੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ, ਜਿਹਦੇ ਦੁਕਾਨ 'ਤੇ ਆਉਣ ਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਚ ਨਾਲ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਹਦੇ ਟੋਟਲ 7 ਸੱਟਾਂ ਲਿਖੀਆਂ ਸੀ ਡਾਕਟਰ ਸਾਹਿਬ ਨੇ, ਇਹਦੇ ਪੇਟ ਤੇ ਛਾਤੀ ਤੇ ਗਲੇ ਵਿੱਚ ਵਾਰ ਕੀਤੇ ਗਏ। ਕਿਸ ਚੀਜ਼ ਨਾਲ? ਤਿੱਖੇ ਚੀਜ਼ ਕਿਰਚ ਦੇ ਨਾਲ ਇਹਦੇ ਨਾਲ ਵਾਰ ਕੀਤੇ ਗਏ। 3 ਸਾਲ ਤੋਂ ਲੱਗ ਰਹੇ ਸੀ, ਇਹਦਾ ਕੋਰਟ ਕੇਸ ਚੱਲ ਰਿਹਾ। ਜਿਹੜੀ ਲੜਕੀ ਦੀ ਉਮਰ ਕਿੰਨੀ ਕੁ ਦੱਸੀ ਜਾ ਰਹੀ? 34 ਸਾਲ ਹੈ ਲੜਕੀ ਦੀ ਉਮਰ, ਮਨਪ੍ਰੀਤ ਕੌਰ ਦੀ। ਹੁਣ ਫਰਦਰ ਕੀ ਕਾਰਵਾਈ ਕੀਤੀ? ਬਾਅਦ ਮੁਕੱਦਮਾ ਦਰਜ ਕੀਤਾ ਗਿਆ ਤੇ ਅੱਗੇ ਦੋਸ਼ੀ ਦੀ ਭਾਲ ਜਾ ਰਹੀ ਹੈ। ਦੋਸ਼ੀ ਫਰਾਰ ਹੈ? ਦੋਸ਼ੀ ਫਰਾਰ ਹੈ।